ਅੱਜ ਅਸੀਂ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਆ ਸ਼ਹਿਰ ਦੇ ਵਿੱਚ ਅਸੀਂ ਸਮੇਂ ਸਮੇਂ ਸਿਰ ਸ਼ੁਰੂ ਕੀਤੇ ਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੀਵਰੇਜ ਦਾ ਨੇ ਪੱਥਰ ਰੱਖਿਆ ਹੈ। ਬੜਾ ਪੁਰਾਣਾ ਸੀਵਰੇਜ ਸਿਸਟਮ ਹੋ ਗਿਆ ਸੀ। ਸਾਡੀ ਇਹ ਪਵਿੱਤਰ ਨਗਰੀ ਹੈ ਅਨੰਦਪੁਰ ਸਾਹਿਬ, ਅਤੇ ਬਹੁਤ ਵੱਡੀ ਇੱਕ ਇੱਥੇ ਧਰਮਸ਼ਾਲਾ ਦਾ ਨੇ ਪੱਥਰ ਹੁਣ ਅਸੀਂ ਰੱਖਿਆ। ਤੁਸੀਂ ਸਾਰੇ ਉੱਥੇ ਸੀ, ਜਿਹਦੇ 'ਤੇ ਕਮ ਸੇ ਕਮ ਅਸੀਂ 50 ਲੱਖ ਰੁਪਈਆ ਲਾਵਾਂਗੇ। ਵੱਡੀ ਗਿਣਤੀ ਜਿੱਥੇ ਯਾਤਰੂ ਵੀ ਸਾਡੇ ਲੋਕਲ ਲੋਕ ਵੀ ਠਹਿਰ ਸਕਣਗੇ, ਉਹਦਾ ਲਾਭ ਉਠਾਉਣਗੇ। ਇਸੇ ਢੰਗ ਨਾਲ ਆਹ ਜਿਹੜੀਆਂ ਮਾਸਕ ਲਾਈਟਾਂ ਹੈ ਇਹ ਲਾ ਕੇ ਸ਼ਹਿਰ ਦੇ ਕਰੀਬ 10 ਵੱਡੇ ਚੌਂਕ ਹੈ ਜਿਹੜੇ, ਉਹਨਾਂ ਦੇ ਵਿੱਚ ਮਾਸਕ ਲਾਈਟਾਂ ਦਾ ਅੱਜ ਅਸੀਂ ਉਦਘਾਟਨ ਕੀਤਾ ਹੈ। ਕਿਉਂਕਿ ਰਾਤ ਬਰਾਤੇ ਵੀ ਯਾਤਰੂ ਬਾਹਰੋਂ ਆਉਂਦੇ ਆ ਸ਼ਹਿਰ 'ਚ, ਉਹਨਾਂ ਨੇ ਤੁਰਨਾ ਫਿਰਨਾ ਵੀ ਹੁੰਦਾ ਹੈ। ਬਾਹਰੋਂ ਆਏ ਲੋਕਾਂ ਨੂੰ ਔਰ ਸਾਡੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਹ ਵੱਡਾ ਕਦਮ ਅੱਜ ਸਾਡੀ ਮਿਊਂਸੀਪਲ ਕਮੇਟੀ ਨੇ ਚੱਕਿਆ। ਸੋ ਮੈਂ ਕਮੇਟੀ ਨੂੰ, ਕਮੇਟੀ ਦੇ ਸਾਰੇ ਉਹਦੇ ਨਾਲ ਜੁੜੇ ਜਿਹੜੇ ਅਫਸਰ ਹੈ ਉਹਨਾਂ ਸਾਰਿਆਂ ਨੂੰ ਵਧਾਈ ਵੀ ਦਿੰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ। ਦੇਖੋ, ਇਹ ਬਹੁਤ ਹੀ ਕਸ਼ਟਦਾਇਕ ਹੈ, ਮਨ ਨੂੰ ਪੀੜਾ ਹੁੰਦੀ ਹੈ ਕਿ ਜਿਹੜੀ ਘਟਨਾ ਤਖ਼ਤ ਸਾਹਿਬ 'ਤੇ ਹੋਈ ਹੈ ਇਹ ਹਰਗਿਜ਼ ਹੋਣੀ ਨਹੀਂ ਸੀ ਚਾਹੀਦੀ। ਔਰ ਇਹਦੀ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬੜੀ ਸਖਤ ਹਦਾਇਤ ਕੀਤੀ ਹੈ ਕਿ ਇਹਦੀ ਤਹਿ ਤੱਕ ਜਾਓ। ਦੇਖੋ, ਇਹ ਜਿਹੜਾ ਬੰਦਾ ਹੈ ਜਿਹੜਾ ਪਕੜਿਆ ਗਿਆ, ਇਹਦਾ ਪਿਛੋਕੜ ਕੀ ਹੈ, ਇਹਦਾ ਕਿੱਥੇ ਕਿੱਥੇ ਲਿੰਕ ਹੈ? ਕੁਛ ਅੱਜ ਅਖਬਾਰਾਂ 'ਚ ਪੜ੍ਹਿਆ ਥਾ, ਸ਼ਾਇਦ ਇਹਨੇ ਰਾਜਗਿਰੀ ਪਿੰਡ ਵਿੱਚ ਵੀ ਪਿੱਛੇ ਕੁਛ ਬਦਮਗਜ਼ੀ ਕੀਤੀ ਸੀ। ਜੇ ਕੀਤੀ ਸੀ ਤਾਂ ਇਹਦੀ ਉਦੋਂ ਕਿਹਨੇ ਮਦਦ ਕੀਤੀ ਹੈ, ਕਿਹਨੇ ਇਹਦੀ ਜ਼ਮਾਨਤ ਕਰਾਈ ਹੈ, ਕੌਣ ਕੌਣ ਇਹਦੇ ਪਿੱਛੇ ਰਹੇ ਹੈ? ਅਸੀਂ ਇਹ ਬੜੇ ਸਖਤ ਨਿਰਦੇਸ਼ ਔਰ ਸਪਸ਼ਟ ਨਿਰਦੇਸ਼ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦਿੱਤੇ ਹੈ ਕਿ ਇਹਦਾ ਪਤਾ ਕਰੋ ਔਰ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਏ। ਕੀ ਲਾਉਣਾ ਹੈ, ਕੀ ਨਹੀਂ ਲਾਉਣਾ ਹੈ, ਇਹ ਤਾਂ ਇਹ ਜਿਹੜੇ ਇਨਵੈਸਟੀਗੇਸ਼ਨ ਅਫਸਰ ਹੈ ਉਹ ਦੇਖਣ। ਲੇਕਿਨ ਅਸੀਂ ਇੱਕੋ ਹੀ ਗੱਲ ਮੋਟੀ ਜਿਹਨੂੰ ਪੰਜਾਬੀ 'ਚ ਕਹਿੰਦੇ ਉਹ ਗੱਲ ਕਹੀ ਹੈ ਵੀ ਕਿਸੇ ਕਿਸਮ ਦੀ ਕੋਈ ਕਸਰ ਜਿਹੜੀ ਹੈ ਉਹ ਬਾਕੀ ਨਹੀਂ ਚਾਹੀਦੀ।